ਪਹੁੰਚ ਚੁੱਕੇ ਹਾਂ ਜਲੰਧਰ ਨੂਰ ਮਹਿਲ ਦਿਵਿਆ ਜੋਤੀ ਜਾਗ੍ਰਿਤ ਸੰਸਥਾ। ਅੱਜ ਗੁਰਪੁਰਨਿਮਾ ਤਾਂ ਅਸੀਂ ਇੱਥੇ ਅੱਜ ਆਏ ਹਾਂ, ਦੇਖ ਸਕਦੇ ਹਾਂ ਕਿੰਨੀ ਰੌਣਕ ਹੈ ਇੱਥੇ। ਨਾਲ ਮੇਰਾ ਫਰੈਂਡ ਰੱਜਤ ਆਇਆ ਆ, ਕਹਿੰਦੇ ਜੀ ਇਹਨਾਂ ਨੇ ਦੀਕਸ਼ਾ ਲਈ ਹੈ ਸ਼੍ਰੀ ਆਤੁਸ਼ੋਸ਼ ਮਹਾਰਾਜ ਜੀ। ਜੈ ਮਹਾਰਾਜ ਜੀ ਕੀ, ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ, ਸ਼੍ਰੀ ਆਸ਼ੂਤੋਸ਼ ਮਹਾਰਾਜ ਕੀ ਜੈ। ਤੁਹਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਹਾਰਦਿਕ ਸ਼ੁਭਕਾਮਨਾਏ, ਮੁਬਾਰਕ ਹੋ, ਵਧਾਈ ਹੋ, ਬਹੁਤ ਬਹੁਤ ਗੁਰਪੁਰਨਿਮਾ ਮਹੋਤਸਵ। ਅੱਜ ਪਹਿਲੀ ਵਾਰੀ ਅਸੀਂ ਬਾਈਕ 'ਤੇ ਆਪਣੇ ਕਨਵੈਂਸ 'ਤੇ ਆਏ ਹਾਂ ਜਲੰਧਰ, ਬਾਕੀ ਸੋਨੂੰ ਤੋਂ ਜਲੰਧਰ ਦਰਸ਼ਨ ਕਰਾਓਗੇ ਤੁਹਾਨੂੰ ਸਾਰਿਆਂ ਦੇ। ਸੰਗਤ ਆ ਰਹੀ ਆ, ਇਸ ਵਾਰ ਅਸੀਂ ਪਿਛਲੀ ਵਾਰ ਲੇਟ ਹੋ ਗਏ ਸੀ ਟਾਈਮ ਲਈ, ਅਸੀਂ ਪਹੁੰਚ ਚੁੱਕੇ ਹਾਂ। ਇਸ ਵਾਰੀ ਤਾਂ ਸੰਗਤ ਸਾਰੀ ਆ ਰਹੀ ਆ ਆਪਣੇ ਆਪਣੇ ਵਹੀਕਲ ਕਨਵੈਂਸ ਤੇ। ਬਹੁਤ ਜ਼ਿਆਦਾ ਸੰਗਤ ਆ ਰਹੀ ਆ, ਸਾਲ ਦਾ ਸਭ ਤੋਂ ਵੱਡਾ ਅੱਜ ਕਾਰਜਕ੍ਰਮ ਆ, ਅਧਿਆਤਮਿਕ ਸਭ ਤੋਂ ਵੱਡਾ ਦਿਨ ਗੁਰੂ ਪੂਰਨਿਮਾ। ਤਾਂ ਪੂਰੀ ਦੁਨੀਆ ਭਰ ਤੋਂ ਜਿੰਨੇ ਵੀ ਮਹਾਰਾਜ ਦੇ ਸ਼ਿਸ਼ਯ ਜਿਹੜੇ ਜੁੜੇ ਹੋਏ ਆ ਨਾਲ, ਪਿਆਰ ਕਰਦੇ ਮਹਾਰਾਜ ਜੀ ਨੂੰ, ਉਹ ਅੱਜ ਆਉਣਗੇ, ਸਤਸੰਗ ਸੁਣਨਗੇ, ਦਰਸ਼ਨ ਕਰਨਗੇ, ਔਰ ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਇਹ ਸਾਡੇ ਗੁਰਦੇਵ ਦਾ ਮਹਾਰਾਜ ਜੀ ਦਾ ਸਰੂਪ ਆ, ਬਾਕੀ ਤੁਹਾਨੂੰ ਸੋਨੂੰ ਜੀ ਦੱਸਣਗੇ, ਦਰਸ਼ਨ ਕਰਾਉਣਗੇ। ਚਲੋ ਜੀ ਦਿਖਾਉਂਦੇ ਤੁਹਾਨੂੰ ਉੱਥੇ ਦਾ ਗੁਰਪੁਰਨਿਮਾ ਦਾ ਮਾਹੌਲ, ਇੱਥੇ ਕਿਸ ਤਰ੍ਹਾਂ ਦਾ ਹੁੰਦਾ ਆ ਨੂਰ ਮਹਿਲ ਦਿਵਯ ਜੋਤੀ ਜਾਗ੍ਰਿਤ ਸੰਸਥਾ ਦਾ। ਤਾਂ ਅੰਦਰ ਤਾਂ ਐਂਟਰ ਹੋਣ ਲੱਗੇ ਆ, ਹੈਲਮਟ ਮੇਰੇ ਹੱਥਾਂ 'ਚ ਹੀ ਆ, ਹੁਸ਼ਿਆਰਪੁਰ ਤੋਂ ਆਏ ਹਾਂ, ਥੋੜ੍ਹੇ ਥੱਕੇ ਥੁੱਕੇ ਪਏ ਹਾਂ, ਬਾਕੀ ਤਾਂ ਕੋਈ ਗੱਲ ਨਹੀਂ ਆ। ਵਧੀਆ ਹੀ ਆ ਮੌਸਮ ਅੱਜ ਦਾ, ਗਰਮੀ ਤਾਂ ਹੈ ਫਿਰ ਵੀ ਵਧੀਆ ਮੌਸਮ ਆ। ਤਾਂ ਪਾਣੀ ਪੂਣੀ ਦੀ ਭਰਪੂਰ ਸੇਵਾ ਆ ਇੱਥੇ, ਖਾਣਾ ਪੀਣਾ ਲੰਗਰ ਦੀ ਭਰਪੂਰ ਸੇਵਾ ਆ। Thank you.
ਅਸੀਂ ਕਾਫੀ ਸਵੇਰ ਦੇ 9 ਵਜੇ ਦੇ ਆਏ ਪਏ ਹਾਂ ਤਾਂ ਅਸੀਂ ਪ੍ਰਚਾਰ ਸੁਣ ਲਿਆ ਆ, ਆਰਤੀ ਵੀ ਹੋ ਗਈ ਆ, ਨੀਮਾ ਦੀ ਆਰਤੀ ਵੀ ਹੋ ਗਈ ਆ, ਤਾਂ ਅਸੀਂ ਹੁਣ ਮੱਥਾ ਮੁੱਥਾ ਟੇਕ ਲਿਆ ਆ। ਇੱਥੇ ਰਜਤ ਵੀ ਥੱਕ ਗਿਆ ਆ, ਦੇਖੋ ਤਾਂ ਇਹਨੇ ਰਹਿਣਾ, ਮੈਂ ਨਿਕਲ ਜਾਣਾ ਅੱਜ। ਆਸ਼ੂਤੋਸ਼ ਮਹਾਰਾਜ ਕੀ ਜੈ, ਬਹੁਤ ਕੌਣ ਬੋਲਾ ਹਮ ਤੱਕ ਗਿਆ, ਕੌਣ ਤੱਕ ਗਿਆ ਜਾਂ ਕੋਈ ਨਹੀਂ ਤੱਕ ਕਰਤਾ, ਉਹ ਇਹ ਜੇ ਰੋਟੀ ਖਾ ਕੇ ਆਇਆ ਨਾ, ਇਸ ਥੱਕਾ ਨਹੀਂ, ਮੈਂ ਥੱਕ ਗਿਆ ਥੋੜ੍ਹਾ। ਮੌਸਮ ਅਬ ਅੱਛਾ ਹੋ ਰਿਹਾ ਹੈਗਾ, ਇਸ ਤੋਂ ਜਾਂ ਮੈਂ ਕਹਿੰਦਾ ਬਾਰਿਸ਼ ਬੁਰਿਸ਼ ਪੜ ਜਾਏ ਤਾਂ ਹੋਰ ਅੱਛਾ ਹੋ ਜਾਏਗਾ। ਤੋ ਬਾਕੀ ਅਸੀਂ ਚੱਲੇ ਹਾਂ, ਨਿਕਾਸ ਦੁਆ ਚੱਲੇ ਹਾਂ, ਮੱਥਾ ਮੱਥਾ ਅਸੀਂ ਟੇਕ ਲਿਆ ਆ ਨੂਰ ਮਿਲ ਦਾ, ਉਹ ਪਿੱਛੇ ਗੁਰੂ ਮਹਾਰਾਜ ਜੀ ਨੇ ਸਮਾਧੀ ਲਈ ਉੱਥੇ ਮੱਥਾ ਟੇਕ ਕੇ ਆਏ ਸੀ। ਤਾਂ ਹੁਣ ਅਸੀਂ ਚੱਲਦੇ ਹਾਂ, ਕੁਛ ਖਾ ਪੀ ਕੇ ਬਾਹਰੋਂ ਜਾ ਕੇ ਲੰਗਰ ਲੁੰਗਰ ਦੇਖਦੇ ਹਾਂ। ਬਾਕੀ ਇੱਥੇ ਭਰਪੂਰ ਸੇਵਾ ਆ, ਇੱਥੇ ਬੰਦੋਬਸਤ ਬਹੁਤ ਵਧੀਆ ਵਧੀਆ ਕੀਤਾ ਪਿਆ। ਹਾਂ ਦੇਖੋ ਫੁੱਲਾਂ ਦਾ ਗੇਟ ਬਣਾਇਆ ਪਿਆ, ਬਹੁਤ ਵਧੀਆ ਡੈਕੋਰੇਸ਼ਨ ਕੀਤੀ ਇੱਥੇ ਦੀ, ਪੀਣ ਦਾ ਪਾਣੀ ਉਣੀ ਸਾਰਾ ਡੈਕੋਰੇਸ਼ਨ ਵਧੀਆ, ਇੱਥੇ ਕੋਈ ਸਾਰੀ ਸੁਵਿਧਾ ਇੱਥੇ ਹੈਗੀ ਆ। ਟੋਕਨ ਦਾ ਰੇਟ ਲਿਖਾ ਹੋਗਾ, ਤਾਂ ਉਹ ਟੋਕਨ ਕੇ ਰੇਟ ਪਰ ਆਪ ਜਾਂ ਵੀ ਜੋ ਸਮਾਨ ਲੈ ਕੇ ਖਾ ਸਕਦੇ ਹੈ। ਤੋ ਜੀ ਅੱਛੀ ਕਾਫੀ ਅੱਛੀ ਸੁਵਿਧਾ ਹੈ ਯਹਾਂ ਪਰ, ਕਿ ਟੋਕਨ ਲੈ ਕੇ ਆਪ ਕੁਛ ਵੀ ਖਾ ਸਕਦੇ ਹੈ। ਯਹਾਂ ਪਰ ਕਾਫੀ ਬੜਾ ਹੋਲ ਹੈ, ਪਿਆਸ ਲੱਗੀ ਹੈ, ਇਸਕੋ ਪਾਣੀ ਵੀ ਲੈ ਸਕਦੇ ਹੈ, ਪਰ ਖਾਲੀ ਬੋਟਲਾਂ ਮਾਰੇ ਚਲਾ ਰਿਹਾ ਕਿ ਲੰਗਰ ਇੱਥੇ ਖਾ ਲਿਆ ਆ। ਤਾਂ ਹੁਣ ਪ੍ਰਸ਼ਾਦ ਖਾਣ ਲੱਗੇ ਹਾਂ, ਬਹੁਤ ਟੇਸਟੀ ਆ ਕੜਾ, ਮੈਂ ਦੂਜੀ ਵਾਰ ਲਿਆ ਆ। ਰਜਤ ਦਾ ਟਾਟ ਇਕੱਠਾ ਕਰੀ ਜਾਂਦਾ, ਦੇਖੋ ਦੇਖੋ ਰਜਤ ਨੇ ਟਾਟ ਇਕੱਠਾ ਕਰਤਾ। ਤਾਂ ਇੱਕ ਦਾਲ ਸੀ ਨਾਲ ਰੋਟੀ ਸੀ, ਦਾਲ ਬਹੁਤ ਟੇਸਟੀ ਸੀ, ਮਜ਼ਾ ਹੀ ਆ ਗਿਆ। ਹੁਣ ਚੱਲਦੇ ਹਾਂ, ਹੁਣ ਢਿੱਡ ਭਰ ਗਿਆ ਆ, ਇਹਨੇ ਵੀ ਖਾ ਲਿਆ ਦੂਜੀ ਵਾਰ ਕੜਾ, ਮੈਂ ਵੀ ਦੂਜੀ ਵਾਰ ਖਾ ਰਿਹਾ। ਚਲੋ ਚਲੀਏ ਫਿਰ, ਬਾਏ ਬਾਏ।